ਚੋਰਾਂ ਦੇ ਵੱਲੋਂ ਖੜੀ ਈ ਰਿਕਸ਼ਾ ਦੀਆਂ ਬੈਟਰੀਆਂ ਕੱਢੀਆਂ ਗਈਆਂ ਨੇ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਰਾਤ ਦੇ ਸਮੇਂ ਚੋਰਾਂ ਦੇ ਵੱਲੋਂ ਇਹਨਾਂ ਦੋ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਮੌਕੇ ਤੋਂ ਇਹਨਾਂ ਦੇ ਵੱਲੋਂ ਕਰੀਬ 80,000 ਦੀਆਂ ਬੈਟਰੀਆਂ ਕੱਢੀਆਂ ਜਾਂਦੀਆਂ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਚੋਰ ਕੈਦ ਹੋਏ ਨੇ। ਤਾਂ ਦੱਸ ਦਈਏ ਕਿ ਦੋ ਚੋਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਂ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ। ਜਦੋਂ ਇਸ ਸੰਬੰਧੀ ਈ ਰਿਕਸ਼ਾ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਕੋਲ 20 ਦੇ ਕਰੀਬ ਈ ਰਿਕਸ਼ਾ ਨੇ। ਤਾਂ ਕੱਲ੍ਹ ਰਾਤ ਉਸਦੇ ਵੱਲੋਂ ਦੋ ਈ ਰਿਕਸ਼ਾ ਦੁਕਾਨ ਦੇ ਬਾਹਰ ਖੜੀਆਂ ਕੀਤੀਆਂ ਸੀ, ਜਿਸ ਦੇ ਵਿੱਚੋਂ ਕਿ ਚੋਰਾਂ ਨੇ ਬੈਟਰੀਆਂ ਕੱਢ ਲਈਆਂ। ਤਾਂ ਹੁਣ ਉਸਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਚੋਰ ਕੈਦ ਹੋਏ ਨੇ। ਤਾਂ ਰਾਤ ਦੇ ਹਨੇਰੇ ਦੇ ਵਿੱਚ ਆਏ ਤੇ ਦੋ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੀਆਂ ਬੈਟਰੀਆਂ ਕੱਢੀਆਂ ਗਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੋਨਾਂ ਚੋਰਾਂ ਦੀ ਭਾਲ ਕਰ ਰਹੀ ਹੈ। ਮੈਂ ਗੁਰੂ ਨਾਨਕ ਮਾਰਕੀਟ ਦੇ ਵਿੱਚ, ਮੇਰੀ ਸ਼ੋਪ ਹੈ ਸੁਭਾਸ਼ ਮੋਟਰ ਦੇ ਨਾਮ ਤੇ, ਮੈਂ ਈ ਰਿਕਸ਼ਾ ਦਾ ਕੰਮ ਕਰਦਾ ਵਾਂ। ਕਹਿਣ ਦਾ ਮਤਲਬ, ਮੇਰਾ ਸੁਖਦਰਸ਼ਨ ਕੁਮਾਰ ਨਾਮ ਹੈ ਤੇ ਮੇਰੇ ਈ ਰਿਕਸ਼ਾ ਵਿੱਚ ਮੈਂ ਨਿਊ ਬੈਟਰੀਆਂ ਪਵਾਈਆਂ ਸੀ। 15-20 ਦਿਨ ਹੋਏ ਆ ਪਵਾਈਆਂ ਸੀ। ਇੱਥੇ ਦੁਕਾਨ ਦੇ ਬਾਰ ਮੂਹਰੇ ਮੈਂ ਲਾ ਕੇ ਚਲਾ ਜਾਂਦਾ ਵਾਂ ਤੇ ਮੇਰੀ ਦੁਕਾਨ ਦੇ ਬਾਰ ਮੂਹਰੇ ਚੌਂਕੀਦਾਰ ਵੀ ਹੈਗਾ ਵਾ। ਕਹਿਣ ਦਾ ਮਤਲਬ ਹੈਗਾ, ਇੱਕ ਦੁਕਾਨ ਇੱਕ ਗਲੀ ਛੱਡ ਕੇ, ਪਰ ਰਾਤ ਨੂੰ ਉਹ ਤਿੰਨ ਚੋਰ ਆਉਂਦੇ ਆ 2:22 ਤੇ, 10 ਮਿੰਟਾਂ 'ਚ ਮੇਰਾ ਬੈਟਰੀਆਂ ਚੱਕ ਕੇ ਲੈ ਜਾਂਦੇ ਆ ਤੇ ਮੇਰੇ ਕੋਲ ਉਸ ਸੀਸੀਟੀਵੀ ਸਾਰੀ ਪਈ ਹੈਗੀ, ਕਿੱਥੋਂ ਲੈ ਕੇ ਕਿੱਥੋਂ ਤੱਕ ਆ ਜਾਂਦੇ ਆ। ਉਹਨਾਂ ਨਾਲ ਇੱਕ ਲੇਡੀਜ਼ ਵੀ ਹੈਗੀ ਆ। ਜੇ ਆਪਾਂ ਦੇਖਿਆ ਜਾਵੇ, ਜੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੀ ਚੋਰੀ ਕੀਤੀ ਗਈ ਹੈਗੀ ਆ, ਉਹਨਾਂ ਨੇ ਸਾਡੀ ਕੋਈ ਪਈ ਨਹੀਂ ਕੀਤੀ, ਨਾ ਕੋਈ ਗੱਲ ਸੁਣੀ ਹੈ। ਚਾਹਣ ਤਾਂ ਬਹੁਤ ਜਲਦ ਚੋਰ ਲੱਭ ਸਕਦੇ। 90,000 ਰੁਪਏ ਦਾ ਸਰ ਨੁਕਸਾਨ ਹੋ ਗਿਆ ਵਾ, ਉਹਦੇ ਵਿੱਚ ਬੈਟਰੀਆਂ ਤਾਂ 90,000 ਰੁਪਏ ਫਿਰ ਪਾਉਣੀਆਂ ਪੈਣੀਆਂ। ਜੇ ਦੇਖਿਆ ਜਾਵੇ ਤਾਂ 90,000 ਰੁਪਏ ਦਾ ਨੁਕਸਾਨ ਹੋ ਚੁੱਕਿਆ। ਚੋਰਾਂ ਦੇ ਵੱਲੋਂ ਖੜੀ ਈ ਰਿਕਸ਼ਾ ਦੀਆਂ ਬੈਟਰੀਆਂ ਕੱਢੀਆਂ ਗਈਆਂ ਨੇ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਰਾਤ ਦੇ ਸਮੇਂ ਚੋਰਾਂ ਦੇ ਵੱਲੋਂ ਇਹਨਾਂ ਦੋ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਮੌਕੇ ਤੋਂ ਇਹਨਾਂ ਦੇ ਵੱਲੋਂ ਕਰੀਬ 80,000 ਦੀਆਂ ਬੈਟਰੀਆਂ ਕੱਢੀਆਂ ਜਾਂਦੀਆਂ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਚੋਰ ਕੈਦ ਹੋਏ ਨੇ। ਤਾਂ ਦੱਸ ਦਈਏ ਕਿ ਦੋ ਚੋਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਂ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ। ਜਦੋਂ ਇਸ ਸੰਬੰਧੀ ਈ ਰਿਕਸ਼ਾ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਕੋਲ 20 ਦੇ ਕਰੀਬ ਈ ਰਿਕਸ਼ਾ ਨੇ। ਤਾਂ ਕੱਲ੍ਹ ਰਾਤ ਉਸਦੇ ਵੱਲੋਂ ਦੋ ਈ ਰਿਕਸ਼ਾ ਦੁਕਾਨ ਦੇ ਬਾਹਰ ਖੜੀਆਂ ਕੀਤੀਆਂ ਸੀ, ਜਿਸ ਦੇ ਵਿੱਚੋਂ ਕਿ ਚੋਰਾਂ ਨੇ ਬੈਟਰੀਆਂ ਕੱਢ ਲਈਆਂ। ਤਾਂ ਹੁਣ ਉਸਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਚੋਰ ਕੈਦ ਹੋਏ ਨੇ। ਤਾਂ ਰਾਤ ਦੇ ਹਨੇਰੇ ਦੇ ਵਿੱਚ ਆਏ ਤੇ ਦੋ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੀਆਂ ਬੈਟਰੀਆਂ ਕੱਢੀਆਂ ਗਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੋਨਾਂ ਚੋਰਾਂ ਦੀ ਭਾਲ ਕਰ ਰਹੀ ਹੈ। ਮੈਂ ਗੁਰੂ ਨਾਨਕ ਮਾਰਕੀਟ ਦੇ ਵਿੱਚ, ਮੇਰੀ ਸ਼ੋਪ ਹੈ ਸੁਭਾਸ਼ ਮੋਟਰ ਦੇ ਨਾਮ ਤੇ, ਮੈਂ ਈ ਰਿਕਸ਼ਾ ਦਾ ਕੰਮ ਕਰਦਾ ਵਾਂ। ਕਹਿਣ ਦਾ ਮਤਲਬ, ਮੇਰਾ ਸੁਖਦਰਸ਼ਨ ਕੁਮਾਰ ਨਾਮ ਹੈ ਤੇ ਮੇਰੇ ਈ ਰਿਕਸ਼ਾ ਵਿੱਚ ਮੈਂ ਨਿਊ ਬੈਟਰੀਆਂ ਪਵਾਈਆਂ ਸੀ। 15-20 ਦਿਨ ਹੋਏ ਆ ਪਵਾਈਆਂ ਸੀ। ਇੱਥੇ ਦੁਕਾਨ ਦੇ ਬਾਰ ਮੂਹਰੇ ਮੈਂ ਲਾ ਕੇ ਚਲਾ ਜਾਂਦਾ ਵਾਂ ਤੇ ਮੇਰੀ ਦੁਕਾਨ ਦੇ ਬਾਰ ਮੂਹਰੇ ਚੌਂਕੀਦਾਰ ਵੀ ਹੈਗਾ ਵਾ। ਕਹਿਣ ਦਾ ਮਤਲਬ ਹੈਗਾ, ਇੱਕ ਦੁਕਾਨ ਇੱਕ ਗਲੀ ਛੱਡ ਕੇ, ਪਰ ਰਾਤ ਨੂੰ ਉਹ ਤਿੰਨ ਚੋਰ ਆਉਂਦੇ ਆ 2:22 ਤੇ, 10 ਮਿੰਟਾਂ 'ਚ ਮੇਰਾ ਬੈਟਰੀਆਂ ਚੱਕ ਕੇ ਲੈ ਜਾਂਦੇ ਆ ਤੇ ਮੇਰੇ ਕੋਲ ਉਸ ਸੀਸੀਟੀਵੀ ਸਾਰੀ ਪਈ ਹੈਗੀ, ਕਿੱਥੋਂ ਲੈ ਕੇ ਕਿੱਥੋਂ ਤੱਕ ਆ ਜਾਂਦੇ ਆ। ਉਹਨਾਂ ਨਾਲ ਇੱਕ ਲੇਡੀਜ਼ ਵੀ ਹੈਗੀ ਆ। ਜੇ ਆਪਾਂ ਦੇਖਿਆ ਜਾਵੇ, ਜੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਕਿ
ਸਾਡੀ ਚੋਰੀ ਕੀਤੀ ਗਈ ਹੈਗੀ ਹੈ, ਉਹਨਾਂ ਨੇ ਸਾਡੀ ਕੋਈ ਪਈ ਨਹੀਂ ਕੀਤੀ, ਨਾ ਕੋਈ ਗੱਲ ਸੁਣੀ ਹੈ। ਚਾਹਣ ਤਾਂ ਬਹੁਤ ਜਲਦ ਚੋਰ ਲੱਭ ਸਕਣ। 90,000 ਰੁਪਏ ਦਾ ਸਰ ਨੁਕਸਾਨ ਹੋ ਗਿਆ ਵਾ, ਉਹਦੇ ਵਿੱਚ ਬੈਟਰੀਆਂ ਤਾਂ 90,000 ਰੁਪਏ ਫਿਰ ਪਾਉਣੀਆਂ ਪੈਣੀਆਂ। ਜੇ ਦੇਖਿਆ ਜਾਵੇ ਤਾਂ 90-90 1,80,000 ਰੁਪਏ ਦਾ ਨੁਕਸਾਨ ਹੋ ਚੁੱਕਿਆ।